ਹਾਂਜੀ ਸਵਾਗਤ ਕਰਦੇ ਹਾਂ ਜੀ ਤੁਹਾਡਾ ਸਾਰਿਆਂ ਦਾ ਤੁਹਾਡੇ ਆਪਣੇ ਚੈਨਲ ਸਟੱਡੀ ਐਂਡ ਕੈਰੀਅਰ ਦੇ ਉੱਤੇ ਹਾਂਜੀ ਅੱਜ ਆਪਾਂ ਲੈ ਕੇ ਆਏ ਹਾਂ ਜੀ ਗਵਰਨਮੈਂਟ ਜੌਬ ਨਾਲ ਰਿਲੇਟਡ ਨਵਾਂ ਨੋਟੀਫਿਕੇਸ਼ਨ ਹਾਂਜੀ ਉਸ ਤੋਂ ਪਹਿਲਾਂ ਜਿਹੜੇ ਵੀ ਸਟੂਡੈਂਟ ਜਾਂ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਵਿਜ਼ਿਟ ਕਰ ਰਹੇ ਆ ਚੈਨਲ ਨੂੰ ਸਬਸਕ੍ਰਾਈਬ ਕਰ ਲਵੋ ਤੇ ਬੈਲ ਆਈਕਨ ਨੂੰ ਦਬ ਦਬੋ ਤਾਂ ਕਿ ਤੁਹਾਨੂੰ ਆਉਣ ਵਾਲੇ ਵੀਡੀਓਜ਼ ਦੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਮਿਲ ਸਕਣ ਹਾਂਜੀ ਇਹ ਨੋਟੀਫਿਕੇਸ਼ਨ ਜਾਰੀ ਹੋਇਆ ਜੀ ਅਧੀਨ ਸੇਵਾਮਾ ਚੋਣ ਬੋਰਡ ਪੰਜਾਬ ਮੋਹਾਲੀ ਵੱਲੋਂ ਹਾਂਜੀ ਜਨਤਕ ਨਿਯੁਕਤੀਆਂ ਨੇ ਜੀ ਇਹ ਸਟੈਨੋ ਟਾਈਪਿਸਟ ਅਤੇ ਜੂਨੀਅਰ ਸਕੇਲ ਸਟੈਨੋਗ੍ਰਾਫਰ ਦੀਆਂ ਅਸਾਮੀਆਂ ਹਾਂਜੀ ਜਿਵੇਂ ਕਿ ਤੁਸੀਂ ਦੇਖ ਹੀ ਸਕਦੇ ਹੋ ਜੀ ਆਪਾਂ ਦੇਖਦੇ ਹਾਂ ਹਾਂਜੀ ਆਹਦੇ ਕੈਟਾਗਰੀ ਵਾਈਜ਼ ਇਹਨਾਂ ਨੇ ਦੱਸਿਆ ਹੋਇਆ ਵਾ ਜੀ ਟੋਟਲ ਅਸਾਮੀਆਂ 312 ਨੇ ਜੀ ਠੀਕ ਆ ਜੀ ਟੋਟਲ 312 ਅਸਾਮੀਆਂ ਨੇ ਜੀ ਹਾਂਜੀ ਆ ਦੇਖੋ ਜਨਰਲ ਕੈਟਾਗਰੀ ਵਾਈ ਜਨਰਲ ਦੀਆਂ 120 ਸ਼ੈਡਿਊਲ ਕਾਸਟ 71 ਬੈਕਵਰਡ ਕਲਾਸ 25 ای ایس ایم ਜਨਰਲ 30 ਇਹ ਸਾਰੀ ਡਿਟੇਲ ਤੁਸੀਂ ਦੇਖ ਸਕਦੇ ਹੋ ਮੈਂ ਟੈਲੀਗ੍ਰਾਮ ਚੈਨਲ ਤੇ ਇਹਦੀ ਪੀਡੀਐਫ ਪਾ ਦੂੰਗਾ ਉੱਥੋਂ ਤੁਸੀਂ ਡਾਊਨਲੋਡ ਕਰਕੇ ਪੂਰੀ ਡਿਟੇਲ ਦੇਖ ਸਕਦੇ ਹੋ ਇਹ ਸਟੈਨੋ ਟਾਈਪਿਸਟ ਜੀ ਆ ਜੂਨੀਅਰਸ ਦੀਆਂ 22 ਨੇ ਤੇ ਸਟੈਨੋ ਟਾਈਪਿਸਟ ਦੀਆਂ 312 ਨੇ ਹਾਂਜੀ ਇਹਦਾ ਪੇ ਸਕੇਲ ਬਹੁਤ ਵਧੀਆ ਰਹਿਣ ਵਾਲਾ ਜੀ 7th ਸੈਂਟਰ ਪੇ ਸਕੇਲ ਅਨੁਸਾਰ ਤਨਖਾਹ ਮਿਲਣੀ ਆ ਆ ਦੇਖੋ ਜੀ ਤੁਸੀਂ ਦੇਖ ਸਕਦੇ ਹੋ 21700 ਤੇ ਦੂਸਰੇ ਜੂਨੀਅਰ ਦੀ ਹੈ ਸਕੇਲ ਸਟੈਨੋਗ੍ਰਾਫਰ ਦੀ ਹੈ ਜੀ 29200 ਠੀਕ ਆ ਜੀ ਹਾਂਜੀ ਇਹਦੇ ਲਈ ਕੁਆਲਿਫੀਕੇਸ਼ਨ ਤੁਸੀਂ ਬੈਚਲਰ ਡਿਗਰੀ ਕੀਤੀ ਹੋਣੀ ਚਾਹੀਦੀ ਆ ਤੇ 120 ਘੰਟੇ ਦਾ ਕੰਪਿਊਟਰ ਕੋਰਸ ਕੋਈ ਵੀ ਜਿਹੜਾ ਕੀਤਾ ਹੋਵੇ ਤੁਹਾਡਾ ਉਹ ਚੱਲ ਜਾਊਗਾ ਜੀ ਤੇ ਤੁਹਾਡਾ ਜੂਨੀਅਰ ਸਕੇਲ ਸਟੈਨੋਗ੍ਰਾਫਰ ਲਈ ਵੀ ਇਹੀ ਆ ਜੀ ਦੇ 10ਵੀਂ ਤੁਹਾਡੀ ਪੰਜਾਬੀ ਵਿਸ਼ੇ ਨਾਲ ਪਾਸ ਹੋਣੀ ਚਾਹੀਦੀ ਆ ਹਾਂਜੀ ਆ ਕੈਟਾਗਰੀ ਕੋਡ ਦਿੱਤੇ ਹੋਏ ਆ ਜੀ ਅੱਗੇ ਇਹ ਪੀਡੀਐਫ ਦੀ ਮੈਂ ਤੁਹਾਨੂੰ ਦੇ ਦੂੰਗਾ ਪੀਡੀਐਫ ਦੇ ਦੂੰਗਾ ਤੁਸੀਂ ਡਾਊਨਲੋਡ ਕਰ ਲਿਓ ਸੋ ਆ ਉਹੀ ਰਿਆਜਤਾ ਨੇ ਜਿਹੜੀਆਂ ਮਿਲਦੀਆਂ ਹੁੰਦੀਆਂ ਜਿੱਦਾਂ ਇਹ ਰਿਲੈਕਸੇਸ਼ਨ ਹਨਾ ਕੈਟਾਗਰੀ ਵਾਈਜ਼ ਜਿਹੜੀਆਂ ਬਾਕੀ ਮਿਲਦੀਆਂ ਨੇ ਠੀਕ ਆ ਜੀ ਤੇ ਉਮਰ ਸੀਮਾ ਉਮਰ ਸੀਮਾ ਦੇਖ ਸਕਦੇ ਹੋ ਜੀ ਅ ਇੱਕ ਇੱਕ ਬਾਈ ਨੂੰ ਠੀਕ ਹੈ 18 ਤੋਂ 37 ਸਾਲ ਹੋਣੀ ਚਾਹੀਦੀ ਹੈ ਇਸ ਬਾਕੀ ਜਿਹੜੀਆਂ ਮਿਲਦੀਆਂ ਆਪਣੀਆਂ ਰਿਲੈਕਸ ਫੀਸ ਜਰਨਲ ਵਾਲਿਆਂ ਦੀ ਹੈਗੀ 1000 ਰੁਪਿਆ ਐਸਸੀ ਤੇ ਬਾਕੀ ਆਉਂਦੀ ਹੈਗੀ 250 ਰੁਪਿਆ ਸਾਫ ਕਾ ਫੌਜੀਿਆਂ ਦੀ 200 ਅੰਗਹੀਣ ਦੀ 500 ਠੀਕ ਹੈ ਜੀ ਇੱਕ ਵਾਰ ਕਹਿੰਦੇ ਵੀ ਫੀਸ ਜਿਹੜੀ ਪੇ ਹੋਗੀ ਉਹ ਵਾਪਸ ਨਹੀਂ ਹੋਵੇਗੀ ਠੀਕ ਹੈ ਜੀ ਤੇ ਇਹਦੇ ਲਈ ਤੁਹਾਡੀ ਚੋਣ ਵਿਧੀ ਆ ਵੀ ਉਮੀਦਵਾਰ ਲਈ ਪੰਜਾਬੀ ਸਟੈਨੋਗ੍ਰਾਫੀ ਡਿਕਟੇਸ਼ਨ ਟੈਸਟ 80 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਲਿਆ ਜਾਵੇਗਾ ਅਤੇ ਇਸ ਟੈਸਟ ਲਈ ਕੁੱਲ 400 ਸ਼ਬਦ 2-200 ਸ਼ਬਦ ਦੇ 2 ਪੈਰੇ ਹੋਣਗੇ ਜਿਸ ਨੂੰ 15 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਟਰਾਂਸਕ੍ਰਾਈਬ ਕਰਨਾ ਹੋਵੇਗਾ ਤੇ 8% ਗਲਤੀਆਂ ਮਾਫ ਕਰਨ ਯੋਗ ਹੋਣਗੀਆਂ ਠੀਕ ਹੈ ਜੀ ਇਸੇ ਤਰ੍ਹਾਂ ਜੂਨੀਅਰ ਸਕਿਲ ਸਟੈਨੋਗ੍ਰਾਫਰ ਦੀ ਸਾਮੀ ਲਈ 100 ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਲਿਆ ਜਾਵੇਗਾ ਤੇ ਇਸ ਲਈ 500 ਸ਼ਬਦ ਉਹ ਹੀ 2.5 250 ਦੇ ਦੋ ਪੈਰੇ ਹੋਣਗੇ ਜਿਸ ਨੂੰ 20 ਸ਼ਬਦ ਪ੍ਰਤੀ ਮਿੰਟ ਦੇ ਹਿਸਾਬ ਨਾਲ ਟਰਾਂਸਕ੍ਰਾਈਬ ਕਰਨਾ ਹੋਵੇਗਾ ਇਸ ਤੋਂ ਇਲਾਵਾ ਅੰਗਰੇਜ਼ੀ ਸ਼ਾਰਟ ਹੈਂਡ ਦਾ 50 ਟੈਸਟ ਪੰਜਾਬ ਸ਼ਬਦ ਪ੍ਰਤੀ ਮਿੰਟ ਦੀ ਸਪੀਡ ਤੇ ਲਿਆ ਜਾਵੇਗਾ ਠੀਕ ਆ ਜੀ ਇਹ ਦੇ ਲਈ ਤੁਸੀਂ ਆ ਇਹਨਾਂ ਦੀ ਸਾਈਟ ਨੋਟ ਕਰ ਲਓ ਜੀ ਆਹ ਠੀਕ ਆ ਜੀ ssb.punjab.gov.in ਇਹਦੇ ਤੇ ਹੀ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਇਸੇ ਵੈਬਸਾਈਟ ਤੇ ਜਾ ਕੇ ਤੇਰੇ ਤੇ ਹੀ ਤੁਹਾਨੂੰ ਇਸ ਨਿਯੁਕਤ ਵੈਕੈਂਸੀਆਂ ਨਾਲ ਰਿਲੇਟਡ ਹਰ ਇੱਕ ਇਨਫੋਰਮੇਸ਼ਨ ਮਿਲੂਗੀ ਠੀਕ ਹੈ ਜੀ ਅਪਲਾਈ ਕਰਨ ਦੇ ਵਿਧੀ ਬੋਰਡ ਦੀ ਵੈਬਸਾਈਟ ਤੇ 6 ਇੱਕ ਤੋਂ 5 2 ਤੱਕ ਇਹ ਅਪਲਾਈ ਹੋਣਗੇ ਜੀ ਤੇ ਵੈਬਸਾਈਟ ਤੇ ਜਾ ਕੇ ਤੁਸੀਂ ਅਪਲਾਈ ਕਰ ਸਕਦੇ ਹੋ ਠੀਕ ਹੈ ਜੀ ਬਸ ਠੀਕ ਹੈ ਜੀ ਇਹੀ ਸੀਗੀ ਇਨਫੋਰਮੇਸ਼ਨ ਆ ਤੇ ਆਪਾਂ ਤੁਹਾਨੂੰ ਦਿਖਾ ਦਿੰਨੇ ਆ ਇੱਕ ਜਿਹੜੀਆਂ ਮੇਨ ਡੇਟ ਨੇ ਆ ਦੇਖੋ ਜੀ ਇਸ ਆਨਲਾਈਨ ਅਪਲਾਈ ਕਰਨ ਦੀ ਸ਼ੁਰੂ ਸ਼ੁਰੂ ਹੋ ਚੁੱਕਿਆ ਵਾ 6 ਤਰੀਕ ਤੋਂ ਠੀਕ ਹੈ ਜੀ ਆਖਰੀ ਤਰੀਕ ਹੈਗੀ 5/2/2022 ਤੇ ਫੀਸ ਭਰਨ ਦੀ ਆਖਰੀ ਮਿਤੀ ਹੈਗੀ 8/2/2021 ਇਹ ਤੁਸੀਂ ਡਾਟਾ ਨੋਟ ਕਰ ਲੈਣੀਆਂ ਹੋਣਗੀਆਂ ਤੇ ਇਹਨਾਂ ਦੀ ਜਿਹੜੀ ਵੈਬਸਾਈਟ ਆ ਉਹ ਤੁਸੀਂ ਉਹ ਵੀ ਨੋਟ ਕਰਨੀ ਇੱਥੇ ਜਾ ਕੇ ਤੁਸੀਂ ਆਨਲਾਈਨ ਅਪਲਾਈ ਕਰ ਸਕਦੇ ਹੋ ਜੀ ਆਹ ਵੈਬਸਾਈਟ ਆ ਠੀਕ ਹੈ ਜੀ ਇਹਦਾ ਲਿੰਕ ਮੈਂ ਡਿਸਕ੍ਰਿਪਸ਼ਨ ਦੇ ਵਿੱਚ ਵੀ ਦੇ ਦੂੰ ਟੈਲੀਗ੍ਰam ਚੈਨਲ ਤੇ ਵੀ ਦੇ ਦੂੰਗਾ ਠੀਕ ਹੈ ਜੀ ਟੈਲੀਗ੍ਰam ਚੈਨਲ ਨੂੰ ਜ਼ਰੂਰ ਜੁਆਇਨ ਕਰ ਲਿਓ ਨਮੀਆਂ ਇਨਫੋਰਮੇਸ਼ਨਜ਼ ਦੇ ਲਈ ਸੋ ਇਹ ਸੀ ਜੀ ਅੱਜ ਦਾ ਨੋਟੀਫਿਕੇਸ਼ਨ ਮਿਲਦੇ ਆ ਨਵੇਂ ਨੋਟੀਫਿਕੇਸ਼ਨ ਦੇ ਨਾਲ ਨਵੀਂ ਵੀਡੀਓ ਦੇ ਵਿੱਚ ਤੇ ਜਿਹੜੇ ਬੱਚਿਆਂ ਨੇ ਵੀਡੀਓ ਨੂੰ ਪੂਰਾ ਦੇਖਿਆ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹਾਲੇ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਉਹ ਚੈਨਲ ਨੂੰ ਸਬਸਕ੍ਰਾਈਬ ਕਰ ਲੈਣ ਜੀ ਮਿਲਦੇ ਆ ਨਵੀਂ ਅਪਡੇਟ ਦੇ ਨਾਲ ਵੀਡੀਓ ਦੇਖਣ ਲਈ ਸਾਰਿਆਂ ਦਾ ਧੰਨਵਾਦ